ਇਹਨੇ ਬਣਾਇਆ ਅਸਮਾਨ ਤੇ ਜ਼ਮੀਨ ਛਿਆਂ ਦੇਣਾ ਵਿੱਚ ਫਿਰ ਚੜਿਆ ਹਰ ਛੁੱਤੇ ਜਾਣਦਾ ਏ ਜੋ ਕੁਛ ਵੜਦਾ ਏ ਜ਼ਮੀਨ ਵਿੱਚ ਤੇ ਜੋ ਨਿਕਲਦਾ ਏ ਉਸ ਤੋਂ ਤੇ ਜੋ ਕੁਛ ਉਤਰਦਾ ਏ ਅਸਮਾਨ ਉੱਤੇ ਜੋ ਚੜਦਾ ਏ ਉਸ ਵਿੱਚ ਤੇ ਉਹ ਨਾਲੇ ਤੁਹਾਡੇ ਜਿੱਥੇ ਕਿਤੇ ਤੁਸੀਂ ਹੋਵੋ ਤੇ ਅੱਲਾ ਵੇਖਦਾ ਏ ਜੋ ਕਰਦੇ ਹੋ ਉਸੇ ਦਾ ਏ ਰਾਜ ਅਸਮਾਨਾਂ ਤੇ ਜ਼ਮੀਨ ਦਾ ਤੇ ਅੱਲਾ ਹੀ ਵੱਲ ਮੋੜੇ ਜਾਂਦੇ ਨੇ ਸਭ ਕੰਮ ਵਾਰ ਦਿੰਦਾ ਰਾਤ ਨੂੰ ਦਿਨ ਵਿੱਚ ਤੇ ਵਾਰ ਦਿੰਦਾ ਦਿਨ ਨੂੰ ਰਾਤ ਵਿੱਚ ਤੇ ਉਹ ਜਾਣਦਾ ਏ ਦਿਲਾਂ ਦੇ ਭੇਤ ਮੰਨੋ ਅੱਲਾ ਨੂੰ ਉਹਦੇ ਪੈਗੰਬਰ ਨੂੰ ਤੇ ਖਰਚੋ ਉਸ ਮਾਲ ਵਿੱਚੋਂ ਜਿਸ ਦੇ ਬਣਾ ਦਿੱਤਾ ਸੂ ਤੁਹਾਨੂੰ ਖਲੀਫੇ ਸੋ ਜਿੰਨਾ ਮੰਨਿਆ ਤੁਸੀਂ ਵਿੱਚੋਂ ਤੇ ਖਰਚਿਆ ਉਹਨਾਂ ਲਈ ਸਵਾਬੇ ਬੜਾ ਤੇ ਕੀ ਹੈ ਤੁਹਾਨੂੰ ਜੋ ਨਾ ਮੰਨੋ ਤੁਸੀਂ ਅੱਲਾ ਨੂੰ ਨਾਲੇ ਪੈਗੰਬਰ ਸਾਦ ਦਾ ਹੈ ਤੁਹਾਨੂੰ ਤਾਂ ਜੋ ਮੰਨੋ ਤੁਸੀਂ ਆਪਣੇ ਰੱਬ ਨੂੰ ਨਾਲੇ ਉਹ ਲੈ ਚੁੱਕਾ ਇਕਰਾਰ ਤੁਹਾਡਾ ਜੇ ਤੁਸੀਂ ਇਮਾਨਦਾਰ ਹੋ ਉਹ ਹੀ ਹੈ ਜਿਹੜਾ ਉਤਾਰਦਾ ਆਪਣੇ ਬੰਦੇ ਉੱਤੇ ਆਇਤਾਂ ਸਾਫ ਸਾਫ ਤਾਂ ਕੱਢੇ ਤੁਹਾਨੂੰ ਹਨੇਰਿਆਂ ਵਿੱਚੋਂ ਚਾਨਣ ਵਾਲ ਅੱਲਾ ਤੁਸਾਂ ਉੱਤੇ ਜ਼ਰੂਰ ਨਿਹਾਇਤ ਰਹਿਮ ਕਰਨ ਵਾਲਾ ਹੈ ਮਿਹਰਬਾਨ ਤੇ ਕੀ ਹੋਇਆ ਤੁਹਾਨੂੰ ਜੋ ਨਹੀਂ ਖਰਚਦੇ ਹੋ ਅੱਲਾ ਦੇ ਰਾਹ ਵਿੱਚ ਤੇ ਅੱਲਾ ਹੀ ਦੀਏ ਵਰਸਾ ਅਸਮਾਨਾਂ ਤੇ ਜ਼ਮੀਨ ਦੀ ਬਰਾਬਰ ਨਹੀਂ ਹੈ ਤੁਸਾਂ ਵਿੱਚੋਂ ਜਿੰਨਾਂ ਖਰਚ ਕੀਤਾ ਪਹਿਲੇ ਫਤਹ ਮੱਕਾ ਦੇ ਤੇ ਲੜਿਆ ਉਹ ਬੜੇ ਨੇ ਦਰਜੇ ਵਿੱਚ ਉਹਨਾਂ ਨਾਲੋਂ ਜਿੰਨਾਂ ਖਰਚਾ ਪਿੱਛੋਂ ਤੇ ਲੜੇ ਤੇ ਹਰ ਇੱਕ ਨੂੰ ਵਾਦਾ ਦਿੱਤਾ ਅੱਲਾ ਨੇ ਨੇਕੀ ਦਾ ਕਿ ਅੱੱਲਾ ਨੂੰ ਖਬਰ ਹੈ ਜੋ ਕਰਦੇ ਹੋ ਕੌਣ ਹੈ ਉਹ ਜਿਹੜਾ ਕਰਦੇ ਅੱੱਲਾ ਨੂੰ ਕਰਜ਼ ਸੋਣਾ ਸ਼ੇਰੋ ਦੂਨੇ ਕਰਦੇ ਉਸਦੇ ਉਹਦੇ ਲਈ ਤੇ ਉਹਦੇ ਲਈ ਸਵਾਬ ਹੈ ਇੱਜ਼ਤ ਦਾ ਜਿਸ ਦਿਨ ਤੂੰ ਵੇਖੇਗਾ ਇਮਾਨਦਾਰਾਂ ਤੇ ਇਮਾਨਦਾਰਨੀਆਂ ਨੂੰ ਦੌੜਦਾ ਚਾਨਣ ਉਹਨਾਂ ਦੇ ਅੱਗੇ-ਅੱਗੇ ਉਹਨਾਂ ਦੇ ਤੇ ਸੱਜੇ ਉਹਨਾਂ ਦੇ ਖੁਸ਼ ਖਬਰੀ ਹੈ ਤੁਹਾਨੂੰ ਅੱਜ ਉਹਨਾਂ ਨੂੰ ਆਖਿਆ ਜਾਏਗਾ ਬਹੀਸ਼ਤ ਨੇ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਇਹੋ ਹੀ ਹੈ ਬੜੀ ਮੁਰਾਦ ਮਿਲਲੀ ਜਿਸ ਦੇ ਆਖਣਗੇ ਮੁਨਾਫਕ ਤੇ ਮੁਨਾਫਕਣੀਆਂ ਇਮਾਨ ਵਾਲਿਆਂ ਨੂੰ ਫਿਰ जरा ਵੇਖੋ ਸਾਡੇ ਵੱਲ ਵੀ ਤਾਂ ਅਜੀ ਵੀ ਚਾਨਣ ਲੈ ਲਈਏ ਤੁਹਾਡੇ ਚਾਨਣ ਤੋਂ ਕੋਈ ਆਖੇਗਾ ਮੁੜ ਜਾਓ ਪਿੱਛੇ ਆਪਣੇ ਫਿਰ ਢੂੰਡ ਲਿਓ ਕਿਧਰੇ ਹੋਰ ਚਾਨਣ ਆਪਣੇ ਲਈ ਫਿਰ ਖੜੀ ਕੀਤੀ ਜਾਏਗੀ ਉਹ ਨਵੀਂ ਚਿਕ ਕੰਧ ਜਿਸ ਦਾ ਇੱਕ ਦਰਵਾਜ਼ਾ ਹੈ ਅੰਦਰਲੀ ਵਾਲੋ ਉਸ ਦੀ ਵਿੱਚ ਰਹਿਮਤ ਹੈ ਤੇ ਬਾਹਰੀ ਵਾਲੋ ਉਸ ਦੀ ਤਰਫੋਂ ਆਜ਼ਾਦ ਹੈ ਉਹ ਆਵਾਜ਼ ਮਾਰਨਗੇ ਈਮਾਨ ਵਾਲਿਆਂ ਨੂੰ ਫਲਾ ਅਸੀਂ ਨਹੀਂ ਸਰ ਤੁਸੀਂ ਨਾਲ ਆਖਣਗੇ ਕਿਉਂ ਨਹੀਂ ਪਰ ਤੁਸੀਂ ਬਲਾ ਵਿੱਚ ਪਾਈਆਂ ਆਪਣੀਆਂ ਜਾਨਾਂ ਤੇ ਉਡੀਕਦੇ ਰਹੇ ਤੇ ਸ਼ੱਕ ਕੀ ਤੋਂ ਜੇ ਇਤੋਂ ਖਾ ਦਿੱਤਾ ਤੁਹਾਨੂੰ ਸਖੜੀਆਂ ਉਮੀਦਾਂ ਨੇ ਇਥੋਂ ਠੀਕ ਜੋ ਆ ਪਹੁੰਚਿਆ ਹੁਕਮ ਅੱਲਾ ਦਾ ਤੇ ਧੋਖਾ ਦਿੱਤਾ ਤੁਹਾਨੂੰ ਅੱਲਾ ਦੇ ਮਾਮਲੇ ਸ਼ੈਤਾਨ ਫਰੇਬੀ ਨੇ ਉਹ ਅੱਜ ਨਾ ਲਈ ਜਾਏਗੀ ਤੁਸਾਂ ਤੋਂ ਛੁਡਵਾਈ ਤੇ ਨਾ ਬੇਈਮਾਨਾਂ ਤੋਂ ਟਿਕਾਣਾ ਤੁਹਾਡਾ ਅੱਗੇ ਉਹ ਲਾਇਕ ਏ ਤੁਹਾਡੇ ਤੇ ਬੁਰੀ ਜਗ੍ਹਾ ਮੁੜ ਜਾਣੇ ਦੀ ਬਲਾ ਵੇਲਾ ਨਹੀਂ ਆਇਆ ਈਮਾਨ ਵਾਲਿਆਂ ਲਈ ਜੋ ਆਜਿਜ਼ੀ ਕਰਨ ਦਿਲ ਉਹਨਾਂ ਦੇ ਵਕਤ ਖੁਦਾ ਦੀ ਯਾਦ ਦੇ ਤੇ ਉਸ ਦੇ ਜੋ ਉਤਰਿਆ ਸੱਚਾ دین ਤੇ ਨਾ ਹੋ ਜਾਣ ਉਹਨਾਂ ਵਾਂਗੂ ਜਿਨ੍ਹਾਂ ਨੂੰ ਮਿਲੀ ਕਿਤਾਬ ਇਹ ਦੋ ਪਹਿਲੇ ਫਿਰ ਲੰਮੀ ਗੁਜ਼ਰੀ ਉਹਨਾਂ ਉੱਤੇ ਮਦਦ ਫਿਰ ਸਖਤ ਹੋ ਗਏ ਦਿਲ ਉਹਨਾਂ ਦੇ ਤੇ ਬਹੁਤੇ ਉਹਨਾਂ ਵਿੱਚੋਂ ਬੇਫਰਮਾਨ ਹੈ ਜਾਨ ਰੱਖੋ ਜੋ ਅੱਲਾਹ ਜਵਾਨ ਦਾ ਜ਼ਮੀਨ ਨੂੰ ਪਿੱਛੇ ਉਸ ਦੇ ਮਰਨੇ ਦੇ ਅਸਾਂ ਜ਼ਰੂਰ ਬਿਆਨ ਕੀਤੇ ਨੇ ਤੁਸਾਂ ਲਈ ਪਤੇ ਸ਼ਾਇਦ ਤੁਸੀਂ ਅਕਲ ਕਰੋ ਜਿਹੜੇ ਨੇ ਖੈਰਾਤ ਕਰਨ ਵਾਲੇ ਤੇ ਖੈਰਾਤ ਕਰਨ ਵਾਲੀਆਂ ਤੇ ਕਰਜ਼ ਦਿੱਤਾ ਨੇ ਅੱਲਾਹ ਨੂੰ ਕਰਜ਼ ਸੋਣਾ ਜ਼ਰੂਰ ਦੂਨਾ ਮਿਲੇਗਾ ਉਹਨਾਂ ਨੂੰ ਤੇ ਉਹਨਾਂ ਲਈ ਸਵਾਬ ਹੈ ਇੱਜ਼ਤ ਦਾ ਜਿਨ੍ਹਾਂ ਮੰਨਿਆ ਅੱਲਾ ਨੂੰ ਤੇ ਉਹਦੇ ਪੈਗੰਬਰਾਂ ਨੂੰ ਉਹੋ ਨੇ ਸਿੱਧਕ ਤੇ ਸ਼ਹੀਦ ਆਪਣੇ ਰੱਬ ਕੋਲ ਉਹਨਾਂ ਲਈ ਸਵਾਬ ਉਹਨਾਂ ਦਾ ਤੇ ਚਾਨਨ ਉਹਨਾਂ ਦਾ ਤੇ ਜਿਹੜੇ ਬੇਈਮਾਨ ਹੋਏ ਤੇ ਝੂਠ ਲਾਈਆਂ ਨੇ ਸਾਡੀਆਂ ਗੱਲਾਂ ਉਹੋ ਇਹਨਾਂ ਦੋਜ਼ਖ ਪਾ ਲੈ ਜਾਣ ਰੱਖੋ ਜੇ ਦੁਨੀਆ ਦਾ ਜਿਉਣਾ ਮੇਰਾ ਖੇਤ ਤੇ ਤਮਾਸ਼ਾ ਹੈ ਤੇ ਸੋਣ ਤੇ ਸ਼ੇਖੀਆਂ ਕਰਦੀਆਂ ਆਪੇ ਵਿੱਚ ਤੇ ਵਡਿਆਈਆਂ ਮਾਰਨੀਆਂ ਬਹੁਤਾ ਹੋਣੇ ਮਾਲਾਂ ਤੇ ਔਲਾਦਾਂ ਦੀਆਂ ਜਿਉਂ ਆਹਾਂ ਨੇ ਮੀਂਦਾ ਖੁਸ਼ ਲੱਗੀ ਖੇਤੀਬਾੜੀਆਂ ਨੂੰ ਉਸ ਦੀ ਅੰਗੂਰੀ ਫਿਰ ਪੱਕ ਜਾਂਦੀ ਹੈ ਫਿਰ ਤੂੰ ਵੇਖਣਾ ਉਸ ਨੂੰ ਜ਼ਰਦ ਹੋਈ ਹੋਈ ਫਿਰ ਉਹ ਜਾਂਦੀ ਹੈ ਉਹ ਚੂਰਾ ਤੇ ਆਖਰਤ ਵਿੱਚ ਅਜ਼ਾਬ ਹੈ ਸਖਤ ਤੇ ਮਾਫੀ ਵੀ ਹੈ ਅੱਲਾ ਵੱਲੋਂ ਤੇ ਰਜ਼ਾਮੰਦੀ ਤੇ ਨਹੀਂ ਹੈ ਜਿਉਣਾ ਦੁਨੀਆਂ ਦਾ ਪਰ ਵਰਤਨ ਧੋਖੇ ਦੀ ਵਦ-ਵਦ ਕੇ ਦੌੜੋ ਆਪਣੇ ਰੱਬ ਦੀ ਬਖਸ਼ਿਸ਼ ਵੱਲ ਤੇ ਬਹਿਸ਼ਤ ਵੱਲ ਜਿਸ ਦੀ ਚੌੜਾਈ ਹੈ ਬਰਾਬਰ ਚੌੜਾਈ ਅਸਮਾਨ ਤੇ ਜ਼ਮੀਨ ਦੇ ਪਿਆਰ ਹੋਇਆ ਹੈ ਉਹਨਾਂ ਲਈ ਜਿਨ੍ਹਾਂ ਮੰਨਿਆ ਅੱਲਾ ਨੂੰ ਤੇ ਉਹਦੇ ਪੈਗੰਬਰਾਂ ਨੂੰ ਇਹ ਹੀ ਫਜ਼ਲ ਅੱਲਾ ਦਾ ਯੇਂਦਾ ਫਜ਼ਲ ਜਿਸ ਨੂੰ ਚਾਏ ਤੇ ਅੱਲਾ ਬੜੇ ਫਜ਼ਲ ਵਾਲਾ ਹੈ ਨਹੀਂ ਪਹੁੰਚੀ ਕੋਈ ਮੁਸੀਬਤ ਮੁਲਕ ਵਿੱਚ ਤੇ ਨਾ ਤੁਹਾਡੇ ਆਪਣੇ ਵਿੱਚ ਪਰ ਲਿਖੀ ਹੈ ਕਿਤਾਬ ਵਿੱਚ ਪਹਿਲੇ ਇਸ ਦੇ ਜੋ ਅਸੀਂ ਪੈਦਾ ਕਰ ਲਈਏ ਉਸ ਨੂੰ ਜ਼ਮੀਨ ਵਿੱਚ ਇਹ ਕੰਮ ਜ਼ਰੂਰ ਅੱਲਾ ਕੇ ਆਸਾਨ ਹੈ ਤੇ ਤੁਸੀਂ ਗਮ ਨਾ ਖਾਓ ਉਸ ਉੱਤੇ ਜੋ ਤੁਹਾਡੇ ਹੱਥੋਂ ਨਿਕਲ ਗਿਆ ਤੇ ਨਾ ਰੀਜ ਬੈਠੋ ਉਸ ਉੱਤੇ ਜੋ ਤੁਹਾਨੂੰ ਦਿੱਤਾ ਤੇ ਅੱਲਾ ਨੂੰ ਨਹੀਂ ਪਾਉਂਦਾ ਹਰ ਇੱਕ غرور ਵਾਲਾ ਸ਼ੇਖੀ ਖੋਰਾ ਜਿਹੜੇ ਸ਼ੂਮੀ ਕਰਦੇ ਨੇ ਤੇ ਹੁਕਮ ਕਰਦੇ ਨੇ ਲੋਕਾਂ ਨੂੰ ਸ਼ੂਮੀ ਕਰਨ ਦਾ ਤੇ ਜਿਹੜਾ ਮੂੰਹ ਮੋੜੇ ਤਾਂ ਜ਼ਰੂਰ ਅੱਲਾ ਹੀ ਇਹ ਬੇਪਰਵਾਹ ਸਲਾਇਆ ਹੋਇਆ ਜ਼ਰੂਰ ਅਸਾਂ ਭੇਜੇ ਨੇ ਪੈਗੰਬਰ ਆਪਣੇ ਨਿਸ਼ਾਨੀਆਂ ਦੇ ਕੇ ਤੇ ਉਤਾਰੀ ਨਾਲ ਉਹਨਾਂ ਦੇ ਕਿਤਾਬ ਤੇ ਤਰਕੜੀ ਤਾਂ ਖਲੋਤੇ ਰਹਿਣ ਲੋਕ ਇਨਸਾਫ ਉਤੇ ਤੇ ਉਤਾਰਿਆ ਅਸਾਂ ਲੋਹਾ ਉਸ ਵਿੱਚ ਜ਼ੋਰ ਹੈ ਸਖਤ ਤੇ ਫਾਇਦੇ ਨੇ ਲੋਕਾਂ ਦੇ ਨਾਲੇ ਤਾਂ ਜੋ ਮਾਲੂਮ ਕਰੇ ਅੱਲਾ ਭਾਈ ਕੌਣ ਮਦਦ ਕਰਦਾ ਹੈ ਉਹਦੀ ਬਿਨ ਡਿੱਠੇ ਤੇ ਉਹਦੇ ਪੈਗੰਬਰਾਂ ਦੀ ਅੱਲਾ ਜ਼ਰੂਰ ਜ਼ੋਰ ਵਾਲਾ ਤੇ ਜ਼ਬਰਦਸਤ ਤੇ ਜ਼ਰੂਰ ਭੇਜਿਆ ਅਸਾਂ ਨੂ ਤੇ ਇਬਰਾਹੀਮ ਨੂੰ ਤੇ ਰੱਖੀ ਅਸਾਂ ਦੋਵਾਂ ਦੀ ਔਲਾਦ ਵਿੱਚ ਪੈਗੰਬਰੀ ਤੇ ਕਿਤਾਬ ਫਿਰ ਕੋਈ ਉਹਨਾਂ ਵਿੱਚ ਰਾਹ ਪਿਆ ਹੋਇਆ ਤੇ ਬਹੁਤੇ ਉਹਨਾਂ ਵਿੱਚੋਂ ਬੇਫਰਮਾਨ ਨੇ ਫਿਰ ਪਿੱਛੋਂ ਭੇਜਿਆ ਅਸਾਂ ਉਹਨਾਂ ਦੇ ਮਗਰ ਉਹ ਪੈਗੰਬਰ ਆਪਣੇ ਤੇ ਪਿੱਛੋਂ ਭੇਜਿਆ ਅਸਾਂ ਈਸਾ ਪੁੱਤਰ ਮਰੀਮ ਦਾ ਤੇ ਦਿੱਤੀ ਅਸਾਂ ਉਸ ਨੂੰ ਇੰਜੀਲ ਤੇ ਰੱਖੀ ਅਸਾਂ ਉਸ ਦੇ ਤਾਬੇਦਾਰਾਂ ਦੇ ਦਿਲਾਂ ਵਿੱਚ ਨਰਮੀ ਤੇ ਮਿਹਰ ਤੇ ਤਾਰਿਕੇ ਦੁਨੀਆ ਬਣਨਾ ਨਵੀਂ ਰਸਮ ਨਿਕਾਲੀਓ ਨੇ ਅਸਾਂ ਫਰਜ਼ ਨਹੀਂ ਸੀ ਕੀਤਾ ਉਹਨਾਂ ਉੱਤੇ ਪਰ ਨਿਕਾਲੀਓ ਨੇ ਵਾਸਤੇ ਢੂੰਨੇ ਰਜ਼ਾਮੰਦੀ ਅੱਲਾ ਦੇ ਫਿਰ ਨਾ ਨਿਭਾਈਓ ਨੇ ਉਸ ਨੂੰ ਜੈਸਾ ਚਾਹੀਦਾ ਸੀ ਉਸ ਨੂੰ ਨਿਭਾਣਾ ਫਿਰ ਦਿੱਤਾ ਅਸਾਂ ਉਹਨਾਂ ਨੂੰ ਜਿੰਨਾ ਮੰਨ ਲਿਆ ਉਹਨਾਂ ਵਿੱਚੋਂ ਸਵਾਬ ਉਹਨਾਂ ਦਾ ਤੇ ਬਹੁਤੇ ਉਹਨਾਂ ਵਿੱਚੋਂ ਬੇਫਰਮਾਨ ਨੇ ਐ ਇਮਾਨਦਾਰੋ ਬਚਦੇ ਰਹੋ ਅੱਲਾ ਤੋਂ ਤੇ ਮੰਨੋ ਉਸ ਦੇ ਪੈਗੰਬਰ ਨੂੰ ਦੇਗਾ ਤੁਹਾਨੂੰ ਦੋ ਹਿੱਸੇ ਆਪਣੀ ਮਿਹਰ ਦੇ ਤੇ ਦੇਗਾ ਤੁਹਾਨੂੰ ਚਾਨਣ ਜਿਸ ਨੂੰ ਲਈ ਫਿਰੋਗੇ यानी वजूद तो ही नुरानी हो जाएगा तो बख्श देगा अल्लाह बख्शन हार मेहरबान है जान लैन किताब वाले ये जो उन्होंने बक्स नहीं चलता कासे उत्ते भी अल्लाह ये जो फल अल्लाह के दे हाथ देंदल जिसन चाहे तो अला बड़े फजल वाल है